ਰਾਤੀ ਫਿਰ ਫਿਲਮ ਦੇਖਦੇ ਨੇ ਟੈਲੀਵਿਜ਼ਨ ਤੇ ਫਿਰ ਸੁੱਤੇ ਬੜੇ ਲੇਟ ਤੇ ਹੁਣ ਸਾਡੇ ਤੇ ਇਹਨਾਂ ਨੂੰ ਟੈਲੀਵਿਜ਼ਨ ਹੈਗਾ ਤੇ ਫਿਰ ਸਾਡੇ ਸਾਰਿਆਂ ਨੂੰ ਆਦਤ ਤੇ ਮੈਨੂੰ ਵੀ ਜਦੋਂ ਇਹ ਕਹਿ ਦਿੱਤਾ ਜਾਂਦਾ ਵੀ ਇਹਨੂੰ ਸਾਰਾ ਪਤਾ ਜਲੰਧਰ ਕਿਵੇਂ ਸੈੱਟ ਕਰਨਾ ਤੇ ਮੈਂ ਫਿਰ ਜਾ ਕੇ ਐਂਟੀਨਾ ਫੜ ਕੇ ਬਹਿ ਜਾਣਾ ਫਿਰ ਜਗਾੜ ਲਾਈ ਜਾਣਾ ਵੀ ਇਹਨੂੰ ਕਿਵੇਂ ਇਹਦੀ ਤਾਰ ਟਾਈਟ ਕਰਦੇ ਆ ਕਿ ਇੱਥੇ ਹੀ ਰਵੇ ਹਿੱਲੇ ਨਾ ਛਿੱਤਰ ਪੈਂਦੇ ਹੁੰਦੇ ਸੀ ਜਦੋਂ ਕਿਸੇ ਦੇ ਘਰ ਟੀਵੀ ਦੇਖਣ ਜਾਈਦਾ ਸੀ ਤੇ ਮੰਮੀ ਨੂੰ ਕਹਿ ਕੇ ਜਾਈਦਾ ਸੀ ਮੈਂ ਪੂਰੇ 7 ਵਜੇ ਆ ਕੇ ਪੜਨਾ ਸ਼ੁਰੂ ਕਰ ਦਾਂਗਾ ਮੈਂ ਚਿੱਤਰਾ ਦੇਖ ਕੇ ਆ ਜਾਣਾ 6:30 ਆਣਾ 7 ਵਜੇ ਤੱਕ ਚਿੱਤਰਾ ਫਿਰ ਮੈਂ ਆ ਕੇ ਪੜਾਂ ਤੇ ਮੰਮੀ ਨੇ ਜਦੋਂ 8 ਵਜੇ ਜਾ ਕੇ ਉਹਨਾਂ ਦੇ ਘਰੋਂ ਜੁੰਡੇ ਫੜ ਕੇ ਲੈ ਕੇ ਆਣਾ ਮਰ ਜਾਣਿਆ ਤੇਰੇ 7 ਵਜੇ ਨਹੀਂ ਇੱਕ ਸਮੇਂ ਨੂੰ ਪੋਰਟਰੇ ਕਰਦੀ ਹੈ ਇੱਕ ਟਾਈਮ ਨੂੰ ਪੋਰਟਰੇ ਕਰਦੀ ਹੈ ਇੱਕ ਘਰ ਦੇ ਪੂਰੇ ਜਜ਼ਬਾਤ ਨੂੰ ਕਿ ਘਰ ਕਿਦਾਂ ਆਪਣੇ ਆਪ ਨੂੰ ਹੀਣਾ ਮਹਿਸੂਸ ਕਰਦਾ ਹੁੰਦਾ ਸੀ ਕੋਈ ਘਰ ਆਪਣੇ ਆਪ ਚ ਇਨਫੀਰੀਟੀ ਕੰਪਲੈਕਸ ਵਿੱਚ ਮਰਦਾ ਸੀ ਕਿ ਇਸ ਘਰ ਦੇ ਵਿੱਚ ਵੀ ਟੈਲੀਵਿਜ਼ਨ ਹੈ ਇਸ ਘਰ ਚ ਵੀ ਇਕੱਲੇ ਸਾਡੇ ਘਰ ਚ ਹੀ ਹਨ ਪੰਜਾਬੀ ਫਿਲਮ ਟੈਲੀਵਿਜ਼ਨ ਦੀ ਸਟਾਰ ਕਾਸਟਰ ਜਲੰਧਰ ਪ੍ਰੋਮੋਸ਼ਨ ਦੇ ਲਈ ਪਹੁੰਚੇ ਮੇਰੇ ਨਾਲ ਅਦਾਕਾਰ ਗੁਰਪ੍ਰੀਤ ਕੋਗੀ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ 24 ਤਰੀਕ ਨੂੰ ਤੁਹਾਡੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਟੈਲੀਵਿਜ਼ਨ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਤੇ ਫਿਲਮ ਨੂੰ ਲੈ ਕੇ ਦੇਖੋ ਅਸੀਂ ਕੋਈ ਵੀ ਜਦੋਂ ਫਿਲਮ ਬਣਾਉਂਦੇ ਆ ਨਾ ਖਾਸ ਤੌਰ ਤੇ ਜਦੋਂ ਮੈਂ ਆਪਣੀ ਗੱਲ ਕਰਾਂ ਤੇ ਮੈਂ ਫਿਲਮ ਮੋਸਟਲੀ 99% ਫਿਲਮਾਂ ਉਹ ਕਰਦਾ ਜਿਨ੍ਹਾਂ ਨਾਲ ਮੈਂ ਖੁਦ ਜਿਸ ਸਬਜੈਕਟ ਨਾਲ ਜਿਸ ਸਕ੍ਰਿਪਟ ਨਾਲ ਮੈਂ ਅਟੈਚਡ ਫੀਲ ਕਰਦਾ ਤੇ ਕਿਉਂਕਿ ਮੇਰੀਆਂ ਪਿਛਲੀਆਂ ਫਿਲਮਾਂ ਦੇ ਵਿੱਚ ਆਤੀ ਮਾਰ ਲਓ ਚਾਹੇ ਅਰਦਾਸ ਕਰਾਂ ਜਾਂ ਕੋਈ ਫਿਲਮਾਂ ਬਹੁਤ ਕਾਮਯਾਬ ਹੁੰਦੀਆਂ ਨੇ ਕੋਈ ਨਹੀਂ ਵੀ ਹੁੰਦੀਆਂ ਜਿੱਦਾਂ ਮੇਰੀ ਫਿਲਮ ਸਨ ਆਫ ਮਨਜੀਤ ਸਿੰਘ ਆਈ ਸੀ ਜੱਟ ਵਰਸਿਸ ਆਈਲਟਸ ਆਈ ਸੀ ਕਿਸੇ ਨੇ ਬਹੁਤ ਬਿਜ਼ਨਸ ਕੀਤਾ ਕਿਸੇ ਨੇ ਮੱਧਮ ਕੀਤਾ ਕਿਸੇ ਨੇ ਘੱਟ ਕੀਤਾ ਪਰ ਸਬਜੈਕਟ ਸਾਰੇ ਦੇਖ ਲਓ ਤੁਸੀਂ ਕਿ ਮੈਂ ਉਹ ਕਰਦਾ ਜਿਨ੍ਹਾਂ ਨਾਲ ਮੇਰੀ ਇਮੋਸ਼ਨਲ ਅਟੈਚਮੈਂਟ ਹੁੰਦੀ ਹੈ ਜਾਂ ਮੈਨੂੰ ਕਾਮੇਡੀ ਉਹਨਾਂ ਦੀ ਵਧੀਆ ਲੱਗਦੀ ਜਿੱਦਾਂ ਹੁਣੇ ਫਿਲਮ ਸਾਡੀ ਆਈ ਸੀ ਮਾਂ ਕਿੱਡਾ ਵੱਡਾ ਸਬਜੈਕਟ ਸੀ ਹਨਾ ਤੇ ਨੀ ਮੈਂ ਸੱਸ ਕੁੱਟਣੀ ਕਾਮੇਡੀ ਸੀ ਇੱਕ ਸਬਜੈਕਟ ਵੀ ਸੀ ਘਰੇਲੂ ਸੀ ਮੈਸੇਜ ਦੇ ਰਹੀ ਇਹਦੇ ਟੈਲੀਵਿਜ਼ਨ ਹੈ ਇੱਕ ਇੱਕ ਸਮੇਂ ਨੂੰ ਪੋਰਟਰੇ ਕਰਦੀ ਹੈ ਇੱਕ ਟਾਈਮ ਨੂੰ ਪੋਰਟਰੇ ਕਰਦੀ ਹੈ ਇੱਕ ਘਰ ਦੇ ਪੂਰੇ ਜਜ਼ਬਾਤ ਨੂੰ ਕਿ ਘਰ ਕਿੱਦਾਂ ਆਪਣੇ ਆਪ ਨੂੰ ਹੀਣਾ ਮਹਿਸੂਸ ਕਰਦਾ ਹੁੰਦਾ ਸੀ ਕੋਈ ਘਰ ਆਪਣੇ ਆਪ ਚ ਇਨਫੀਰੀਟੀ ਕੰਪਲੈਕਸ ਵਿੱਚ ਮਰਦਾ ਸੀ ਕਿ ਇਸ ਘਰ ਦੇ ਵਿੱਚ ਵੀ ਟੈਲੀਵਿਜ਼ਨ ਹੈ ਇਸ ਘਰ 'ਚ ਵੀ ਇਕੱਲੇ ਸਾਡੇ ਘਰ 'ਚ ਹੀ ਹੈ ਨਹੀਂ ਉਹ ਜਿਹੜੇ ਕੰਪਲੈਕਸ ਸੀਗੇ ਜਨਾਨੀ ਦਾ ਆਪਣਾ ਕੰਪਲੈਕਸ ਕਈਆਂ ਵੱਲ ਜਾਣਾ ਬੰਦ ਕਰ ਦੇਣਾ ਕਹਿੰਦੇ ਨਹੀਂ ਫਲਾਣੀ ਵੱਲ ਨਹੀਂ ਜਾਣਾ ਕਿਉਂ ਕਹਿੰਦੇ ਜਦੋਂ ਜਾਓ ਉਹਨੇ ਟੈਲੀਵਿਜ਼ਨ ਦੀ ਕਹਾਣੀ ਛੇੜ ਕੇ ਬਹਿਣਾ ਹੁੰਦਾ ਰਾਤੀ ਫਿਰ ਫਿਲਮ ਦੇਖਦੇ ਰਹੇ ਟੈਲੀਵਿਜ਼ਨ ਤੇ ਫਿਰ ਸੁੱਤੇ ਬੜੇ ਲੇਟ ਤੇ ਹੁਣ ਸਾਡੇ ਤੇ ਇਹਨਾਂ ਵੀ ਟੈਲੀਵਿਜ਼ਨ ਹੈਗਾ ਤੇ ਫਿਰ ਸਾਡੇ ਸਾਰਿਆਂ ਨੂੰ ਆਦਤ ਮਤਲਬ ਅਗਲੇ ਨੂੰ ਅਹਿਸਾਸ ਕਰਾਉਣਾ ਕਿ ਤੁਹਾਡੇ ਕੋਲ ਨਹੀਂ ਹੈਗਾ ਇਦਾਂ ਹੀ ਸਾਨੂੰ ਬੱਚਿਆਂ ਨੂੰ ਅਹਿਸਾਸ ਹੁੰਦਾ ਸੀ ਵੀ ਉਹਨਾਂ ਦਾ ਟੈਲੀਵਿਜ਼ਨ ਸਾਡੇ ਘਰ ਨਹੀਂ ਵੀ ਉਹ ਅੱਗੇ ਹਨਾ ਰੋਣਾ ਤਕਲੀਫ ਸ਼ੋਅ ਕਰਨੀ ਵੀ ਸਾਡੇ ਘਰ ਕਿਉਂ ਨਹੀਂ ਉਹ ਜਿਹੜੀਆਂ ਚੀਜ਼ਾਂ ਸੀ ਅੱਜ ਉਹਨਾਂ ਦਾ ਅਹਿਸਾਸ ਨਹੀਂ ਜਿੰਨਾ ਉਦੋਂ ਹੁੰਦਾ ਸੀ ਉਹ ਚੀਜ਼ਾਂ ਲੋਕਾਂ ਨੇ ਸਕਰੀਨ ਤੇ ਦੇਖਣੀਆਂ ਤੇ ਲੋਕਾਂ ਨੂੰ ਇੱਕ ਬੜਾ ਖੂਬਸੂਰਤ ਮੰਜ਼ਰ ਨਜ਼ਰ ਆਉਣਾ ਸਰ ਅਸੀਂ ਤੁਹਾਡੀ ਟ੍ਰੇਲਰ ਦੇ ਵਿੱਚ ਦੇਖਿਆ ਤੁਸੀਂ ਨਾ ਐਂਟੀਨਾ ਸੈੱਟ ਕਰ ਰਹੇ ਹੋ ਕੁਝ ਲੋਕ ਤੁਸੀਂ ਉਹਨੂੰ ਸੈੱਟ ਕਰ ਰਹੇ ਹੋ ਕਿ ਜਲੰਧਰ ਕਹਿੰਦੇ ਮੋੜ ਲਾਇਆ ਤੁਸੀਂ ਕਹਿ ਰਹੇ ਹੋ ਕਿ ਆ ਗਿਆ ਕਦੀ ਡਿਊਟੀ ਲੱਗੇ ਸੀਗੀ ਇਸ ਤਰ੍ਹਾਂ ਦੀ ਮੈਕਸਿਮਮ ਕਿਉਂਕਿ ਜਿਹੜੇ ਬੰਦੇ ਨੂੰ ਇੱਕ ਵਾਰੀ ਕਹਿ ਦੋ ਨਾ ਵੀ ਇਹਨੂੰ ਸਾਰਾ ਪਤਾ ਹੈ ਭਈ ਕਿੱਦਾਂ ਐਂਟੀਨਾ ਸੈੱਟ ਕਰਨਾ ਉਹ ਚੌੜਾ ਹੋ ਜਾਂਦਾ ਸੀ ਕਿ ਮੈਨੂੰ ਹੀ ਪਤਾ ਫਿਰ ਆਪਣਿਆਂ ਨੂੰ ਇੰਜੀਨੀਅਰ ਸਮਝਣ ਲੱਗ ਪੈਂਦਾ ਸੀ ਤੇ ਮੈਨੂੰ ਵੀ ਜਦੋਂ ਇਹ ਕਹਿ ਦਿੱਤਾ ਜਾਂਦਾ ਵੀ ਇਹਨੂੰ ਸਾਰਾ ਪਤਾ ਹੈ ਜਲੰਧਰ ਕਿਵੇਂ ਸੈੱਟ ਕਰਨਾ ਤੇ ਮੈਂ ਫਿਰ ਜਾ ਕੇ ਐਂਟੀਨਾ ਫੜ ਕੇ ਬਹਿ ਜਾਣਾ ਫਿਰ ਜਗਾੜ ਲਾਈ ਜਾਣਾ ਵੀ ਇਹਨੂੰ ਕਿਵੇਂ ਇਹਦੀ ਤਾਰ ਟਾਈਟ ਕਰਦੇ ਆ ਕਿ ਇੱਥੇ ਹੀ ਰਵੇ ਹਿੱਲੇ ਨਾ ਉਹ ਫਿਰ ਜਿਹੜੀ ਚੀਜ਼ ਹੁੰਦੀ ਸੀ ਨਾ ਉਹ ਮੈਂ ਸਮਝਦਾ ਕਿ ਉਸ ਸਮੇਂ ਦੇ ਵਿੱਚ ਇੱਕ ਸਭ ਤੋਂ ਖੂਬਸੂਰਤ ਜਿਹੜਾ ਨਾ ਸਾਡੀ ਜ਼ਿੰਦਗੀ ਦਾ ਇੱਕ ਦੌਰ ਸੀਗਾ ਕਿ ਜਦੋਂ ਤੁਸੀਂ ਟੈਲੀਵਿਜ਼ਨ ਦੀ ਸਕਰੀਨ ਖੋਲਦੇ ਹੋ 15-15 ਮਿੰਟ ਪਹਿਲਾਂ ਖੋਲ ਕੇ ਤੇ ਅੱਗੇ ਬਹਿ ਜਾਂਦੇ ਹੋ ਉਹ ਸਕਰੀਨ ਤੇ ਉਹ ਤਾਰੇ ਜਿਹੇ ਆਈ ਜਾਂਦੇ ਕੁਝ ਨਹੀਂ ਆ ਰਿਹਾ 5 ਵਜੇ ਟੀਵੀ ਸ਼ੁਰੂ ਹੋਣਾ ਸੀ 4:45 ਲਾ ਕੇ ਬਹਿ ਗਏ ਆ 15 ਮਿੰਟ ਟੀਵੀ ਤੇ ਉਹ ਸਕਰੀਨ ਤੇ ਤਾਰੇ ਜੇ ਦੇਖੀ ਜਾਣੇ ਫਿਰ 5 ਵੱਜਣੇ ਤੇ ਕਿੱਦਾਂ ਉਹਦਾ ਲੋਗੋ ਘੁੰਮਣਾ ਸੀ ਡਿੰਗ 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 ਟਕ ਟਕ ਡਕ ਡਕ ਡਿੰਗ ਆ ਵੱਜਣਾ ਕਿੰਨੀ ਦੇਰ ਸ਼ਹਿਨਾਈ ਵੱਜਣੀ ਉਹ ਦੌਰ ਸਿਰਫ ਅਸੀਂ ਫੀਲ ਕਰ ਸਕਦੇ ਕੁੱਗੀ ਸਾਹਿਬ ਇੱਕ ਤਾਂ ਜਿਹੜੇ ਤੁਹਾਡੇ ਸਮੇਂ ਦੇ ਵਿੱਚ ਕਿਹੜੇ ਕਿਹੜੇ ਜਿਹੜੇ ਨੇ ਉਹ ਆਉਂਦੇ ਹੁੰਦੇ ਸੀਗੇ ਪ੍ਰੋਗਰਾਮ ਉਸ ਸਮੇਂ ਜਦ ਤੁਹਾਡੇ ਸਮੇਂ ਦੀ ਗੱਲ ਕਰੀਏ ਆ ਮੇਰੇ ਫੇਵਰਟ ਸੀ ਜੀ ਜਿੱਦਾਂ ਸੀਰੀਅਲ ਚਾਨਣ ਪ੍ਰਕਾਸ਼ ਸੁਪਨੇ ਤੇ ਪਰਛਾਵੇਂ ਬੁਨਿਆਦ ਪੰਜਾਬੀ ਚ ਆਉਂਦਾ ਹੁੰਦਾ ਸੀ ਸੀਰੀਅਲ ਫਿਰ ਪਟਾਰੀ ਪ੍ਰੋਗਰਾਮ ਫਿਰ ਰੌਣਕ ਮੇਲਾ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਸੀ ਉਦੋਂ ਸੋ ਕੱਚ ਦੀਆਂ ਮੁੰਦਰਾਂ ਇਦਾਂ ਦੇ ਪ੍ਰੋਗਰਾਮ ਸੀ ਜਿਹੜੇ ਮੈਨੂੰ ਬਹੁਤ ਹੀ ਅਟਰੈਕਟ ਕਰਦੇ ਸੀ ਮੈਨੂੰ ਵੀ ਲੱਗਦਾ ਸੀ ਕਿ ਮੈਂ ਵੀ ਟੈਲੀਵਿਜ਼ਨ ਆਰਟਿਸਟ ਬਣਾ ਸਰ ਜੇ ਆਪਾਂ ਫਿਲਮ ਦੇ ਵਿੱਚ ਗੱਲ ਕਰੀਏ ਤਾਂ ਸਾਰਾ ਪੁਆੜਾ ਹੀ ਟੈਲੀਵਿਜ਼ਨ ਦਾ ਨਜ਼ਰ ਆ ਰਿਹਾ ਤੁਹਾਡੀ ਕਦੇ ਜ਼ਿੰਦਗੀ ਦੇ ਵਿੱਚ ਕਦੇ ਘਰਦਿਆਂ ਤੋਂ ਕੁੱਟ ਪੈਂਦੀ ਸੀ ਜਾਂ ਫਿਰ ਇਦਾਂ ਤਾਂ ਹੁੰਦਾ ਸੀ ਕਿ ਜ਼ਿਆਦਾ ਟੀਵੀ ਦੇਖ ਲਿਆ ਕਰਦੇ ਝਿੜਕਾ ਦੇਣ ਹਾਂ ਉਹ ਬਿਲਕੁਲ ਜੀ ਝਿੜਕਾ ਨਹੀਂ ਸੀ ਦਿੰਦੇ ਹੁੰਦੇ ਪੂਰੇ ਛਿੱਤਰ ਪੈਂਦੇ ਹੁੰਦੇ ਸੀ ਜਦੋਂ ਕਿਸੇ ਦੇ ਘਰ ਟੀਵੀ ਦੇਖਣ ਜਾਈਦਾ ਸੀ ਤੇ ਮੰਮੀ ਨੂੰ ਕਹਿ ਕੇ ਜਾਈਦਾ ਸੀ ਮੈਂ ਪੂਰੇ 7 ਵਜੇ ਆ ਕੇ ਪੜਨਾ ਸ਼ੁਰੂ ਕਰ ਦਾਂਗਾ ਮੈਂ ਚਿੱਤਰਾ ਦੇਖ ਕੇ ਆ ਜਾਣਾ 6:30 ਆਣਾ 7 ਵਜੇ ਤੱਕ ਚਿੱਤਰਾ ਫਿਰ ਮੈਂ ਆ ਕੇ ਪੜਾਂਗਾ ਤੇ ਮੰਮੀ ਨੇ ਜਦੋਂ 8 ਵਜੇ ਜਾ ਕੇ ਉਹਨਾਂ ਦੇ ਘਰੋਂ ਜੁੰਡੇ ਫੜ ਕੇ ਲੈ ਕੇ ਆਣਾ ਮਰ ਜਾਣਿਆ ਤੇਰੇ 7 ਵਜੇ ਨਹੀਂ ਆ ਜੀ
ਉਹ ਜਿਹੜਾ ਦੌਰ ਸੀ ਨਾ ਉਹ ਆਪਣੇ ਆਪ ਚ ਇੱਕ ਕਮਾਲ ਦਾ ਦੌਰ ਸੀ। ਸਰ ਅਖੀਰ ਚ ਕੀ ਮੈਸੇਜ ਦੇਣਾ ਚਾਹੁੰਦੇ ਹੋ ਦਰਸ਼ਕਾਂ? ਇਹੀ ਬੇਨਤੀ ਹੈ ਜੀ ਕਿ ਜਿਨ੍ਹਾਂ ਨੇ ਤਾਂ ਉਹ ਦੌਰ ਦੇਖੇ ਨੇ ਹੰਡਾਏ ਨੇ ਉਹਨਾਂ ਨੂੰ ਰਿਕੁਐਸਟ ਹੈ ਕਿ ਤੁਸੀਂ ਜ਼ਰੂਰ ਉਹ ਚੀਜ਼ ਦੇਖਣਾ, ਉਹ ਜਿਹੜੀ ਚੀਜ਼ ਤੁਸੀਂ ਖੁਦ ਫੀਲ ਕੀਤੀ ਹੈ ਉਹਨੂੰ ਸਕਰੀਨ ਦੇ ਉੱਤੇ ਪੋਰਟਰੇ ਹੁੰਦਾ ਦੇਖੋ। ਔਰ ਮੈਂ ਬੱਚਿਆਂ ਨੂੰ ਰਿਕੁਐਸਟ ਕਰਾਂਗਾ ਕਿ ਤੁਹਾਡੇ ਵੱਡਿਆਂ ਦੇ ਘਰਾਂ 'ਚ ਜਦੋਂ ਪਹਿਲੀ ਵਾਰ ਉਹ ਲੱਕੜ ਦਾ ਟੈਲੀਵਿਜ਼ਨ ਆਇਆ ਸੀ ਜਿਹਦਾ ਅੱਗੋਂ ਸਕਰੀਨ ਖੁੱਲਦੀ ਹੁੰਦੀ ਸੀ, ਥੱਲੇ ਲੱਤਾਂ ਲੱਗਦੀਆਂ ਹੁੰਦੀਆਂ ਸੀ ਉਹਨੂੰ, ਅਤੇ ਉਹ ਦੌਰ ਕਿੰਨਾ ਖੂਬਸੂਰਤ ਹੁੰਦਾ ਸੀ, ਘਰ 'ਚ ਕੀ ਮਾਹੌਲ ਸੀ। ਉਸ ਦੌਰ ਨੂੰ, ਉਸ ਪੀਰੀਅਡ ਨੂੰ ਇੰਜੋਏ ਕਰਨ ਵਾਸਤੇ ਜ਼ਰੂਰ ਆਓ। 24 ਜੂਨ ਨੂੰ ਫਿਲਮ ਲੱਗ ਰਹੀ ਹੈ ਸਾਡੀ ਟੈਲੀਵਿਜ਼ਨ, ਸੋ ਮਸਟ ਵਾਚ ਟੈਲੀਵਿਜ਼ਨ। ਅਤੇ ਮੇਰੇ ਨਾਲ ਗੁਰਪ੍ਰੀਤ ਘੁੱਗੀ ਮੌਜੂਦ ਸੀਗੇ ਜਿਨ੍ਹਾਂ ਦੇ ਨਾਲ ਅਸੀਂ ਟੈਲੀਵਿਜ਼ਨ ਫਿਲਮ ਬਾਰੇ ਗੱਲਬਾਤ ਕੀਤੀ। ਉਹਨਾਂ ਨੇ ਆਪਣੀ ਟੈਲੀਵਿਜ਼ਨ ਦੇ ਨਾਲ ਕੁਝ ਜਿਹੜੀਆਂ ਖੂਬਸੂਰਤ ਯਾਦਾਂ ਸੀਗੀਆਂ ਉਹ ਵੀ ਸਾਡੇ ਨਾਲ ਸਾਂਝੀਆਂ ਕੀਤੀਆਂ। ਕੈਮਰਾ ਪਰਸਨ ਵਿਜੇ ਦੇ ਨਾਲ ਅੰਜੂ ਚੱਡਾ, ਪੰਜਾਬ ਬੁਲੇਟਿਨ, ਜਲੰਧਰ।